ਕੱਲ੍ਹ ਇਹ ਆਪ ਉੱਥੇ ਇਲੈਕਸ਼ਨ ਦੇ ਵਿੱਚ ਮੌਜੂਦ ਸੀ ਔਰ ਵੀਡੀਓਗ੍ਰਾਫੀ ਵੀ ਹੋਈ ਹੈ ਜਿੱਥੋਂ ਇਹ ਬਿਲਕੁਲ ਜ਼ਾਹਿਰ ਹੁੰਦਾ ਹੈ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਹੋਏ। ਲੇਕਿਨ ਅਗਰ ਕੋਈ ਪਾਰਟੀ ਦਾ ਨੁਮਾਇੰਦਾ ਉਸ ਅਨਫੇਅਰ ਇਲੈਕਸ਼ਨ ਕਰਕੇ ਜਿੱਤਿਆ ਹੈ, ਇਸ ਕਰਕੇ ਉਹਦੀ ਸ਼ਾਰਟ ਟੂ ਸ਼ਾਰਟ ਡੇਟ ਦੇਣੀ ਹੀ ਬਣਦੀ ਹੈ। ਬੀਜੇਪੀ ਦਾ ਮੇਅਰ ਬਣ ਚੁੱਕਿਆ, ਬੀਜੇਪੀ ਦੇ ਮੇਅਰ ਦੀ ਅਨਾਊਂਸਮੈਂਟ ਕਰ ਦਿੱਤੀ ਗਈ ਹੈ। ਇੱਕ ਇਹ ਵੀ ਗੱਲ ਕਹੀ ਕਿ ਜਿਹੜੇ ਬੈਲਟ ਪੇਪਰ ਸਾਡੇ ਕਾਉਂਸਲਰ ਨੂੰ ਦਿੱਤੇ ਗਏ ਸੀ ਉਹ ਆਲਰੇਡੀ ਮਾਰਕਡ ਸੀ। ਇਲੈਕਸ਼ਨ ਹੀ ਹਾਈ ਕੋਰਟ ਦੇ ਆਰਡਰ ਦੀ ਉਲੰਘਣਾ ਦੇ ਵਿੱਚ 40 ਮਿੰਟ ਲੇਟ ਸ਼ੁਰੂ ਕੀਤੀ। ਪ੍ਰੈਜ਼ਾਈਡਿੰਗ ਅਫਸਰ ਉੱਤੇ ਪਹੁੰਚਿਆ ਹੀ 40 ਮਿੰਟ ਲੇਟ। ਜਦੋਂ ਬੈਲਟ ਪੇਪਰ ਦਿੱਤੇ ਗਏ ਉਹ ਫ੍ਰੀ ਮਾਰਕ ਸੀਗੇ, ਉਹ ਕਾਉਂਸਲਰਸ ਨੇ ਐਕਸਚੇਂਜ ਕਰਾਏ ਕਿਉਂਕਿ ਪਹਿਲਾਂ ਹੀ ਐਫਰਟ ਇਹ ਸੀ ਵੀ ਮਾਰਕ ਪੇਪਰ ਦਿਓ ਤਾਂ ਕਿ ਉਹ ਵੋਟਾਂ ਰਿਜੈਕਟ ਹੋ ਜਾਣ। ਜਦੋਂ ਬੈਲਟ ਪੇਪਰ ਅਸੀਂ ਐਕਸਚੇਂਜ ਕਰਾ ਲਏ ਤਾਂ ਉਹਨਾਂ ਦਾ ਇਹ ਸਕੀਮ ਹੋ ਗਈ ਫੇਲ, ਅਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਬੈਲਟ ਪੇਪਰ ਜਿਹੜੇ ਕਿ ਸਾਫ਼ ਸੁਥਰੇ ਸੀ ਉਹਨਾਂ ਨੂੰ ਮਾਰਕ ਕਰਕੇ ਅਤੇ ਰਿਜੈਕਟ ਕੀਤਾ ਹੈ। ਸਾਡੇ ਨਾਲ ਏ ਜੀ ਗੁਰਮਿੰਦਰ ਸਿੰਘ ਨੇ ਜਿਹੜੇ ਕੁਲਦੀਪ ਕੁਮਾਰ ਵੱਲੋਂ ਪੇਸ਼ ਹੋਏ ਸੀਗੇ। ਗੁਰਮਿੰਦਰ ਜੀ, ਲਗਾਤਾਰ ਮੇਅਰ ਇਲੈਕਸ਼ਨ ਹਾਈ ਕੋਰਟ ਦਾ ਰੁਖ ਕਰਦਾ ਗਿਆ, ਪਟੀਸ਼ਨ ਕੱਲ੍ਹ ਤੁਸੀਂ ਮੈਂਸ਼ਨ ਕੀਤੀ ਸੀ, ਅੱਜ ਤੁਸੀਂ ਪਟੀਸ਼ਨ ਆਲਰੇਡੀ ਜਿਹ 'ਚ ਐਲੀਗੇਸ਼ਨ ਕਾਫੀ ਨੇ ਕਿ ਬੈਲਟ ਪੇਪਰ ਦੀ ਟੈਂਪਰਿੰਗ ਹੈ, ਸਰੇਆਮ ਲੋਕਤੰਤਰ ਲਈ ਖਤਰਾ ਹੈ, ਤੁਸੀਂ ਐਲੀਗੇਸ਼ਨ ਕਾਫੀ ਲਾਏ ਨੇ ਕਿ ਫੇਰ ਇਲੈਕਸ਼ਨ ਦੁਬਾਰਾ ਕਰਾਇਆ ਜਾਏ, ਹਾਈ ਕੋਰਟ ਦੇ ਰਿਟਾਇਰਡ ਜਸਟਿਸ ਦੀ ਅਗਵਾਈ ਕਰਾਇਆ ਜਾਏ, ਅਨਿਲ ਮਸੀਹ ਜਿਹੜੇ ਪ੍ਰਿਸਾਈਡਿੰਗ ਆਫਿਸਰ SIT ਬਣਾਈ ਜਾਏ, ਤਮਾਮ ਐਲੀਗੇਸ਼ਨ ਸੀਗੇ। ਲੇਕਿਨ ਰਿਲੀਫ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਸਟੇ ਦਾ ਸੀਗਾ ਉਹ ਸ਼ਾਇਦ ਨਹੀਂ ਮਿਲ ਪਾਇਆ? ਦੇਖੋ, ਇਹ ਇਲੈਕਸ਼ਨ ਦਾ ਮਾਮਲਾ ਹੈ, ਇਹਦੇ ਵਿੱਚ ਨੋਰਮਲੀ ਅਸੀਂ ਇਹੀ ਪ੍ਰੇ ਕਰਦੇ ਹਾਂ ਕਿ ਜੋ ਵੀ ਇਨਕੰਬੈਂਟ ਇਸ ਇਲੈਕਸ਼ਨ ਦੇ ਪ੍ਰੋਸੈਸ ਦੇ ਨਾਲ ਇਲੈਕਟ ਹੋਇਆ ਹੈ ਉਹ ਇਲੀਗਲ ਇਲੈਕਸ਼ਨ ਹੈ, ਅਤੇ ਇਸ ਕਰਕੇ ਉਹਨੂੰ ਕੰਮ ਕਰਨ ਤੋਂ ਰੋਕਿਆ ਜਾਏ, ਅਤੇ ਇਸ ਕਰਕੇ ਅਸੀਂ ਪ੍ਰੇਅਰ ਇਹ ਵੀ ਕੀਤੀ ਸੀ ਵੀ ਰਿਕਾਰਡ ਸੀਜ਼ ਕਰਕੇ ਇਹਨੂੰ ਫਰਦਰ ਕੰਮ ਨਾ ਕਰਨ ਦਿੱਤਾ ਜਾਏ। ਬਟ ਕਿਉਂਕਿ ਇਲੈਕਸ਼ਨ ਦਾ ਮਾਮਲਾ ਹੈ, ਕੋਰਟ ਨੇ ਇਸ ਦੇ ਵਿੱਚ ਆਪਣੀ ਇੰਟਰਿਮ ਡਿਸਕ੍ਰਿਪਸ਼ਨ ਜਿਹੜੀ ਹੈ ਉਹ ਐਕਸਰਸਾਈਜ਼ ਨਹੀਂ ਕੀਤੀ, ਅਤੇ ਉਹਨਾਂ ਨੇ ਸਾਡੀ ਇੰਟਰਿਮ ਪ੍ਰੇਅਰ ਨੋਟ ਕਰਕੇ ਉਹਦੇ ਉੱਤੇ ਕੋਈ ਪੋਜ਼ਿਟਿਵ ਆਰਡਰ ਪਾਸ ਹਾਲੀ ਨਹੀਂ ਕੀਤਾ ਹੈ, ਅਤੇ ਨੈਕਸਟ ਡੇਟ 'ਤੇ ਉਹਨੂੰ ਐਗਜ਼ਾਮਿਨ ਕਰਨ ਦੀ ਗੱਲ ਕੀਤੀ ਹੈ। ਮੇਨ ਤੁਹਾਡੀ ਪ੍ਰੇਅਰ ਇਹ ਸੀਗਾ ਕਿ ਬੈਲਟ ਪੇਪਰ ਖੁਦ ਅਨਿਲ ਮਸੀਹ ਆਪਣੇ ਹੱਥਾਂ ਤੋਂ ਇਨਵੈਲਿਡ ਕਰਦੇ ਆ, ਜਦ ਤੁਸੀਂ ਕੋਰਟ 'ਚ ਵੀ ਕਿਹਾ, ਵੀਡੀਓ ਵੀ ਤੁਸੀਂ ਜ਼ਿਕਰ ਕੀਤਾ, ਲੇਕਿਨ ਕੋਰਟ ਨੇ ਕਿਹਾ ਕਿ 3 ਹਫ਼ਤੇ ਦਾ, ਤੁਸੀਂ ਇਹ ਵੀ ਜ਼ੋਰ ਕੀਤਾ ਕਿ 3 ਹਫ਼ਤੇ ਦਾ ਬਹੁਤ ਹੈ, ਸ਼ਾਰਟ ਡੇਟ ਵੀ ਤੁਸੀਂ ਮੰਗ ਕਰ ਰਹੇ ਸੀ? ਦੇਖੋ, ਇਹ ਕਿਉਂਕਿ ਬੇਸਿਕਲੀ ਇਹ ਮਾਮਲਾ ਜਿਹੜਾ ਹੈ ਇਹ ਇੱਕ ਹੱਦ ਕ੍ਰੋਸ ਕਰ ਚੁੱਕਾ ਹੈ, ਸਾਡੀ 4th ਪਟੀਸ਼ਨ ਹੈ ਇਸ ਪਟੀਸ਼ਨਰ ਦੀ, ਜੋ ਕਿ ਇਸ ਕੋਰਟ ਦੇ ਕੋਲ ਬਾਰ ਬਾਰ ਇਹੀ ਕਹਿ ਕੇ ਆ ਰਿਹਾ ਹੈ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਹੋਣ ਦਿੱਤੇ ਜਾਣਗੇ, ਅਤੇ ਕੱਲ੍ਹ ਆਪ ਉੱਥੇ ਇਲੈਕਸ਼ਨ ਦੇ ਵਿੱਚ ਮੌਜੂਦ ਸੀ ਔਰ ਵੀਡੀਓਗ੍ਰਾਫੀ ਵੀ ਹੋਈ ਹੈ ਜਿੱਥੋਂ ਇਹ ਬਿਲਕੁਲ ਜ਼ਾਹਿਰ ਹੁੰਦਾ ਹੈ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਹੋਏ। ਲੇਕਿਨ ਅਗਰ ਕੋਈ ਪਾਰਟੀ ਦਾ ਨੁਮਾਇੰਦਾ ਉਸ ਅਨਫੇਅਰ ਇਲੈਕਸ਼ਨ ਕਰਕੇ ਜਿੱਤਿਆ ਹੈ, ਇਸ ਕਰਕੇ ਉਹਦੀ ਸ਼ਾਰਟ ਟੂ ਸ਼ਾਰਟ ਡੇਟ ਦੇਣੀ ਹੀ ਬਣਦੀ ਹੈ, ਬਟ ਕੋਰਟ ਨੇ 3 ਹਫ਼ਤੇ ਦਾ ਟਾਈਮ ਦਿੱਤਾ ਹੈ, ਅਸੀਂ ਬਹਿਸ ਕਰਾਂਗੇ। ਲਾਸਟ ਸਵਾਲ, ਪ੍ਰੇਅਰ ਕਾਫੀ ਨੇ ਲੇਕਿਨ ਸਭ ਤੋਂ ਵੱਡੀ ਜਿਹੜੀ ਮੇਨ ਇੰਪੋਰਟੈਂਟ 2-3 ਪ੍ਰੇਅਰ ਤੁਸੀਂ ਰੱਖੀ ਹੈ ਕਿ ਦੁਬਾਰਾ ਇਲੈਕਸ਼ਨ ਪਲੱਸ SIT ਔਰ ਰਿਟਾਇਰਡ ਜਸਟਿਸ ਦੀ ਅਗਵਾਈ? ਦੇਖੋ, ਅਗਰ ਕੋਰਟ ਇਸ ਕੰਕਲੂਜਨ ਤੇ ਪਹੁੰਚਦੀ ਹੈ ਕਿ ਬਈ ਇਹ ਇਲੈਕਸ਼ਨ ਐਜ਼ ਅ ਰਿਜ਼ਲਟ ਆਫ ਫਰਾਡ ਨੇ ਐਂਡ ਮੈਨੂਪੂਲੇਸ਼ਨ ਜਿਹੜੀ ਹੈ ਉਹ ਪ੍ਰੈਜ਼ਾਈਡਿੰਗ ਅਫਸਰ ਨੇ ਆਪ ਕੀਤੀ ਹੈ, ਤੇ ਕੋਰਟ ਦੇ ਕੋਲ ਇਹ ਆਰਡਰ ਪਾਸ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਵੀ ਇਸ ਇਲੈਕਸ਼ਨ ਨੂੰ ਫ੍ਰੀ ਐਂਡ ਫੇਅਰ ਮੈਨਰ ਨਾਲ ਦੁਬਾਰਾ ਕਰਾਇਆ ਜਾਵੇ? ਤੁਸੀਂ ਇੱਕ ਇਹ ਵੀ ਗੱਲ ਕਹੀ ਕਿ ਜਿਹੜੇ ਬੈਲਟ ਪੇਪਰ ਸਾਡੇ ਕਾਉਂਸਲਰ ਨੂੰ ਦਿੱਤੇ ਗਏ ਸੀ ਉਹ ਆਲਰੇਡੀ ਮਾਰਕਡ ਸੀ। ਦੇਖੋ, ਇਹਨਾਂ ਨੇ ਪਹਿਲਾਂ ਤੇ ਇਲੈਕਸ਼ਨ ਹੀ ਹਾਈ ਕੋਰਟ ਦੇ ਆਰਡਰ ਦੀ ਉਲੰਘਣਾ ਦੇ ਵਿੱਚ 40 ਮਿੰਟ ਲੇਟ ਸ਼ੁਰੂ ਕੀਤੀ, ਪ੍ਰੈਜ਼ਾਈਡਿੰਗ ਅਫਸਰ ਉੱਥੇ ਪਹੁੰਚਿਆ ਹੀ 40 ਮਿੰਟ ਲੇਟ। ਜਦੋਂ ਬੈਲਟ ਪੇਪਰ ਦਿੱਤੇ ਗਏ ਉਹ ਫ੍ਰੀ ਮਾਰਕ ਸੀਗੇ, ਉਹ ਕਾਉਂਸਲਰਸ ਨੇ ਐਕਸਚੇਂਜ ਕਰਾਏ ਕਿਉਂਕਿ ਪਹਿਲਾਂ ਹੀ ਐਫਰਟ ਇਹ ਸੀ ਵੀ ਮਾਰਕ ਪੇਪਰ ਦਿਓ ਤਾਂ ਕਿ ਉਹ ਵੋਟਾਂ ਰਿਜੈਕਟ ਹੋ ਜਾਣ। ਜਦੋਂ ਬੈਲਟ ਪੇਪਰ ਅਸੀਂ ਐਕਸਚੇਂਜ ਕਰਾ ਲਏ ਤੇ ਉਹਨਾਂ ਦਾ ਇਹ ਸਕੀਮ ਹੋ ਗਈ ਫੇਲ, ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਬੈਲਟ ਪੇਪਰ ਜਿਹੜੇ ਕਿ ਸਾਫ਼ ਸੁਥਰੇ ਸੀ ਉਹਨਾਂ ਨੂੰ ਮਾਰਕ ਕਰਕੇ ਤੇ ਰਿਜੈਕਟ ਕੀਤਾ ਹੈ। ਇਸ ਕਰਕੇ ਬੜੀ ਸੀਰੀਅਸ ਇਸ਼ੂ ਹੈ, ਇਹਨੂੰ ਕੋਰਟ ਐਗਜ਼ਾਮਿਨ ਕਰਨਾ ਚਾਹੀਦਾ ਹੈ। ਬਹੁਤ ਬਹੁਤ ਸ਼ੁਕਰੀਆ। ਤਾਂ ਹੀ ਸੀਗੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ, ਜਿਹੜੇ ਕੁਲਦੀਪ ਕੁਮਾਰ ਵੱਲੋਂ ਪੇਸ਼ ਹੋਏ, ਜਿਹੜੇ ਉਹਨਾਂ ਨੇ ਕਿਹਾ ਕਿ ਕੁਲਦੀਪ ਕੁਮਾਰ ਦੇ ਨਾਲ ਜਿਹੜੀ ਹੈਗੀ ਹੈ ਉਹ ਪਟੀਸ਼ਨ ਜਿਹੜੀ ਫਾਈਲ ਕੀਤੀ ਗਈ ਹੈ, ਹੁਣ 3 ਹਫ਼ਤੇ ਦਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੋਟਿਸ
ਜਾਂ ਜਵਾਬ ਦੇਣਾ ਪੈਣਾ ਔਰ ਲੇਕਿਨ ਕੋਰਟ ਨੇ ਜਿੱਥੇ ਕਿਤੇ ਨਾ ਕਿਤੇ ਕੋਰਟ ਨੇ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਮੰਨੀ ਹੈ ਕਿ 3 ਹਫ਼ਤੇ ਬਾਅਦ ਜਿਹੜਾ ਨੋਟਿਸ ਦਾ ਜਵਾਬ ਦੇਣਾ ਔਰ ਕੋਰਟ ਨੇ ਜਿਹੜੇ ਰਿਕਾਰਡ ਸੀਜ਼ ਕਰਨ ਦੀ ਗੱਲ ਸੀਗੀ ਉਹ ਹਲੇ ਨਹੀਂ ਮੰਨੀ, ਉਹਨਾਂ ਨੇ ਕਿਹਾ ਕਿ ਇੱਕ ਵਾਰ ਜਿਹੜਾ ਹੈ ਜਵਾਬ ਆ ਜਾਵੇ ਉਸ ਤੋਂ ਬਾਅਦ ਹੀ ਕੁਛ ਕਿਹਾ ਜਾ ਸਕਦਾ। 3 ਹਫ਼ਤੇ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੂੰ MC ਨੂੰ ਜਵਾਬ ਦਾਖਲ ਕਰਨਾ ਹੋਣਾ ਇਸੇ ਹਾਈਕੋਰਟ ਵਿੱਚ। ਵੀਡੀਓ ਜਰਨਲਿਸਟ ਸਨਮ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਚੰਡੀਗੜ੍ਹ।